ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਦਾ ਪੰਜਾਬ ਲਾਈਵ। ਸਫਲ ਹੋਣ ਲਈ ਕੀ ਜ਼ਰੂਰੀ ਹੈ? ਦਿਮਾਗ ਨਾਲ ਕੰਮ ਜਾਂ ਫਿਰ ਮਿਹਨਤ ਨਾਲ ਕੀਤੀ ਸਖਤ ਕੰਮ? ਜੇ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਦਿਮਾਗ ਦੇ ਨਾਲ ਸਖਤ ਮਿਹਨਤ ਨਾਲ ਕੀਤੇ ਕੰਮ ਵਿੱਚ ਫਰਕ ਪਤਾ ਹੋਣਾ ਚਾਹੀਦਾ। ਦਿਮਾਗ ਨਾਲ ਕੀਤਾ ਕੰਮ ਕਿੱਥੇ ਵਰਤਣਾ ਅਤੇ ਸਖਤ ਮਿਹਨਤ ਦੀ ਲੋੜ ਕਿੱਥੇ ਹੈ, ਇਹ ਸਭ ਗੱਲਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਆਪਾਂ ਬੜੇ ਲੋਕਾਂ ਤੋਂ ਸੁਣਿਆ ਹੋਵੇਗਾ ਜੇ ਸਫਲ ਹੋਣਾ ਹੈ ਤਾਂ ਸਖਤ ਮਿਹਨਤ ਤਾਂ ਕਰਨੀ ਪੈਣੀ। ਤਾਂ ਸਵਾਲ ਇਹ ਉੱਠਦਾ ਹੈ ਕਿ ਸਖਤ ਮਿਹਨਤ ਕਰਨਾ ਠੀਕ ਹੈ ਜਾਂ ਫਿਰ ਦਿਮਾਗ ਦੇ ਨਾਲ ਕੰਮ ਕਰਨਾ, ਭਾਵ ਜਿਸ ਨੂੰ ਆਪਾਂ ਹਾਰਡਵਰਕ ਅਤੇ ਸਮਾਰਟਵਰਕ ਕਹਿੰਦੇ ਹਾਂ। ਉਂਝ ਇਸ ਗੱਲ ਤੋਂ ਆਪਾਂ ਮਨਾ ਵੀ ਨਹੀਂ ਕਰ ਸਕਦੇ ਕਿ ਜਿਨ੍ਹਾਂ ਨੂੰ ਜੋ ਕੁਝ ਮਿਲਿਆ ਉਸ ਪਿੱਛੇ ਸਖਤ ਮਿਹਨਤ ਹੀ ਹੈ, ਉਸ ਦਾ ਕਾਰਨ ਹੈ ਉਹ। ਜੇ ਗੱਲ ਦਾ ਸਾਬਤ ਕਰਨਾ ਹੈ ਕਿ ਸਫਲ ਹੋਣ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਉਹਦੀ ਹਮੇਸ਼ਾ ਹੀ ਜ਼ਰੂਰਤ ਹੈ। ਫਿਰ ਕੀ ਜੋ ਸਾਰਾ ਦਿਨ ਧੁੱਪ ਦੇ ਵਿੱਚ ਆਟੋ ਚਲਾਉਂਦੇ ਨੇ, ਸਾਈਕਲ 'ਤੇ ਸਵਾਰੀਆਂ ਢੋਂਦੇ ਨੇ, ਕਿਸਾਨ ਧੁੱਪ ਦੇ ਵਿੱਚ ਸਾਰਾ ਦਿਨ ਮਿਹਨਤ ਕਰਦਾ, ਕਿ ਉਹ ਮਿਹਨਤ ਨਹੀਂ ਕਰਦੇ? ਉਹ ਤਾਂ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ, ਉਹ ਨਾ ਠੰਡ ਵੇਖਦੇ ਨੇ ਨਾ ਗਰਮੀ ਵੇਖਦੇ ਨੇ, ਸਾਰਾ ਦਿਨ ਖੂਬ ਮਿਹਨਤ ਕਰਦੇ ਨੇ। ਉਹ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਕਿ ਉਹਨਾਂ ਦੀ ਮਿਹਨਤ ਦਾ ਮੁੱਲ ਮਿਲਦਾ? ਨਹੀਂ। ਦੂਜੇ ਪਾਸੇ ਇੱਕ ਮਨੁੱਖ ਆਪਣੇ ਦਫ਼ਤਰ ਵਿੱਚ ਬੈਠ ਮਿਹਨਤ ਕਰਦਾ, ਉਹਨੂੰ ਤਾਂ ਗਰਮੀ ਸਰਦੀ ਦਾ ਪਤਾ ਵੀ ਨਹੀਂ ਲੱਗਦਾ। ਉਹ ਬਸ ਉੱਥੇ ਕੁਰਸੀ 'ਤੇ ਬੈਠ ਦੱਸਦਾ, ਲੋਕਾਂ ਨੂੰ ਦੱਸਦਾ ਹੈ ਕਿ ਕਿਵੇਂ ਕੰਮ ਕਰਨਾ। ਇੱਕ ਬੱਚਾ, ਉਹ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋ ਜਾਣਾ ਚਾਹੁੰਦਾ, 18 ਘੰਟੇ ਪੜ੍ਹਦਾ, ਆਪਣੀ ਜੀ ਜਾਨ ਲਾ ਦਿੰਦਾ ਕਿ ਮੇਰੇ ਵਧੀਆ ਨੰਬਰ ਆ ਜਾਣ। ਅਤੇ ਦੂਜੇ ਪਾਸੇ ਇੱਕ ਬੱਚਾ ਸਿਰਫ ਦਿਮਾਗ ਨਾਲ ਕੰਮ ਕਰਦਾ, ਉਹ ਪੜ੍ਹਦਾ ਘੱਟ ਹੈ ਪਰ ਜੋ ਚੀਜ਼ ਉਹਨੂੰ ਪਤਾ ਹੈ ਕਿ ਜ਼ਰੂਰੀ ਹੈ ਉਸ ਵੱਲ ਜ਼ਿਆਦਾ ਧਿਆਨ ਦਿੰਦਾ, ਉਹ ਸਾਰੀਆਂ ਚੀਜ਼ਾਂ ਦੇਖ ਵਿਚਾਰ ਕੇ ਇੱਕ ਯੋਜਨਾਬੰਦੀ ਨਾਲ ਕਰਦਾ, ਇਸ ਲਈ ਉਹਨੂੰ ਘੱਟ ਮਿਹਨਤ ਕਰਦਾ ਪਿਆ, ਜ਼ਿਆਦਾ ਤੋਂ ਜ਼ਿਆਦਾ ਜ਼ਰੂਰੀ ਨੂੰ ਪੜ੍ਹ ਕੇ ਵਧੀਆ ਨੰਬਰ ਲੈ ਸਕਦਾ। ਇਹੀ ਹੋ ਰਿਹਾ, ਆਪਾਂ ਇਹੀ ਦੇਖਾਂਗੇ ਦੋਨਾਂ ਦੇ ਵਿੱਚ। ਜੇ ਫਰਕ ਦੇਖੀਏ ਤਾਂ ਇਹੀ ਹੈ। ਕਿਸੇ ਵੀ ਖੇਤਰ ਵਿੱਚ ਅੱਗੇ ਵਧਣ ਲਈ ਸਖਤ ਮਿਹਨਤ ਬਹੁਤ ਜ਼ਰੂਰੀ ਹੈ। ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਲਈ ਹਰ ਕੋਸ਼ਿਸ਼ ਕਰਦਾ, ਅਤੇ ਸਾਰੇ ਸੋਚਦੇ ਹਨ ਕਿ ਆਸੇ ਪਾਸੇ ਧਿਆਨ ਹਟਾ, ਬਸ ਆਪਣੀ ਮੰਜ਼ਿਲ ਵੱਲ ਧਿਆਨ ਦੇਣਾ। ਇਹ ਸਹੀ ਵੀ ਹੈ, ਐਵੇਂ ਕਰਨਾ ਵੀ ਚਾਹੀਦਾ, ਪਰ ਇਹ ਵੀ ਯਾਦ ਰੱਖਿਓ, ਯੋਜਨਾਬੰਦੀ ਅਤੇ ਦਿਮਾਗ ਨਾਲ ਤੁਸੀਂ ਕਿਸੇ ਵੀ ਕੰਮ ਨੂੰ ਥੋੜ੍ਹੇ ਸਮੇਂ 'ਤੇ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਸਖਤ ਮਿਹਨਤ ਹੈ ਕਿ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਮਿਹਨਤ ਕਰਨ ਨੂੰ ਹੀ ਸਖਤ ਮਿਹਨਤ ਕਿਹਾ ਜਾਂਦਾ। ਆਪਣੀ ਪੂਰੀ ਜੀ ਜਾਨ ਲਾ ਕੇ ਕੰਮ ਕਰਨਾ, ਜਿਵੇਂ ਆਪਾਂ ਦਿਹਾੜੀ ਲਾਉਂਦੇ ਹਾਂ, ਉਹ ਪੂਰੀ ਮਿਹਨਤ ਨਾਲ ਕੰਮ ਕਰਦਾ, ਉਹ ਘਰ ਬਣਾਉਂਦਿਆਂ ਉਹਦੀ ਮਿਹਨਤ ਨਾਲ ਬਣਿਆ। ਜੇ ਇੱਕ ਬੱਚਾ ਪੂਰੀ ਮਿਹਨਤ ਕਰ ਵਧੀਆ ਨੰਬਰ ਲੈਂਦਾ ਤਾਂ ਉਹ ਵੀ ਵਧੀਆ, ਉਹਦੀ ਮਿਹਨਤ ਦਾ ਹੀ ਨਤੀਜਾ। ਸਖਤ ਮਿਹਨਤ ਇੱਕ ਐਵੇਂ ਦੀ ਚੀਜ਼ ਹੈ ਜੋ ਸਫਲਤਾ ਤੋਂ ਪਹਿਲਾਂ ਆਉਂਦੀ ਹੈ, ਅਤੇ ਇਹ ਸਫਲਤਾ ਦੀ ਕੀਮਤ ਹੈ ਜੋ ਤੁਹਾਨੂੰ ਹਰ ਹਾਲ ਦੇ ਵਿੱਚ ਦੇਣੀ ਹੀ ਪਵੇਗੀ। ਜੇ ਤੁਸੀਂ ਇਹ ਕੀਮਤ ਦੇ ਸਕਦੇ ਹੋ ਤਾਂ ਕੁਝ ਵੀ ਹਾਸਿਲ ਕਰ ਸਕਦੇ ਹੋ ਆਪਣੀ ਜ਼ਿੰਦਗੀ ਵਿੱਚ। ਦਿਮਾਗ ਨਾਲ ਕੰਮ ਤੋਂ ਭਾਵ ਇਹ ਨਹੀਂ ਕਿ ਤੁਸੀਂ ਮਿਹਨਤ ਨਾ ਕਰੋ, ਦਿਮਾਗ ਨਾਲ ਕੰਮ ਤੋਂ ਭਾਵ ਜੋ ਵੀ ਤੁਹਾਡੇ ਅੰਦਰ ਗੁਣ ਹੈ, ਕਲਾ ਹੈ, ਤਾਕਤ ਹੈ, ਤੁਸੀਂ ਉਸ ਦੀ ਵਰਤੋਂ ਕਰ ਮਿਹਨਤ ਕਰੋ। ਇਸ ਨਾਲ ਮਿਹਨਤ ਅਤੇ ਗੁਣ ਮਿਲ ਕੇ ਛੇਤੀ ਤੁਹਾਨੂੰ ਸਫਲਤਾ ਵੱਲ ਲੈ ਜਾਣਗੇ। ਸਖਤ ਮਿਹਨਤ ਦੇ ਨਾਲ ਨਾਲ ਆਪਣੇ ਦਿਮਾਗ ਅਤੇ ਗੁਣਾਂ ਦੀ ਵਰਤੋਂ ਕਿਵੇਂ ਕਰੀਏ? ਇੱਕ ਕੰਮ ਆ, ਪਹਾੜਾਂ ਨੂੰ ਕੱਟ ਕੇ ਥੱਲੋਂ ਪੱਥਰ ਕੱਟਦਾ ਅਤੇ ਉਹਨਾਂ ਨੂੰ ਫਿਰ ਨਾਲ ਦੇ ਬਾਜ਼ਾਰ ਲਿਜਾ ਕੇ ਵੇਚ ਆਉਂਦਾ, ਇਹ ਕਿੰਨਾ ਸਖਤ ਮਿਹਨਤ ਵਾਲਾ ਕੰਮ ਹੈ। ਉਹ ਕਿੰਨੀ ਮਿਹਨਤ ਕਰ ਆਪਣਾ ਘਰ ਬੜੇ ਔਖੇ ਤਰੀਕੇ ਨਾਲ ਚਲਾਉਂਦਾ, ਅਤੇ ਦੂਜੇ ਪਾਸੇ ਇੱਕ ਜੋ ਉਹਨਾਂ ਪੱਥਰਾਂ ਨੂੰ ਖਰੀਦਦਾ, ਉਹਨਾਂ ਦੀ ਭੰਨ ਤੋੜ ਕੇ ਉਹਨਾਂ ਨੂੰ ਵੱਖ ਵੱਖ ਆਕਾਰ ਦੇ ਕੇ ਉਹਨਾਂ ਨੂੰ ਵੇਚਦਾ, ਉਸ ਕੰਮੇ ਨਾਲੋਂ ਤਾਂ ਘੱਟ ਮਿਹਨਤ ਕਰਦਾ, ਉਹ ਘੱਟ ਸਮੇਂ ਵਿੱਚ ਜ਼ਿਆਦਾ ਕੰਮ ਕਰ ਲੈਂਦਾ ਅਤੇ ਉਸ ਕਾਮੇ ਨਾਲੋਂ ਕਿਤੇ ਵੱਧ ਕਮਾਉਂਦਾ। ਅਤੇ ਤੀਜਾ ਜੋ ਉਹਨਾਂ ਨੂੰ ਵੱਖ ਵੱਖ ਆਕਾਰਾਂ ਨੂੰ ਉੱਥੇ ਲੈ ਜਾਂਦਾ, ਵੱਖ ਵੱਖ ਰੰਗ ਕਰ ਦਿੰਦਾ, ਫਿਰ ਦੁਕਾਨਾਂ 'ਤੇ ਵੇਚਦਾ, ਤਾਂ ਇਹ ਸਭ ਤੋਂ ਘੱਟ ਮਿਹਨਤ ਕਰਦਾ ਅਤੇ ਸਭ ਤੋਂ ਵੱਧ ਕਮਾਉਂਦਾ, ਭਾਵ ਕਿ ਮਿਹਨਤ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਅਤੇ ਮਿਹਨਤ ਐਵੇਂ ਦੀ ਚੀਜ਼ ਹੈ ਜੋ ਬਹੁਮੁੱਲੀ ਹੈ ਅਤੇ ਮਿਹਨਤ ਦੇ ਨਾਲ ਨਾਲ ਦਿਮਾਗੀ ਸ਼ਕਤੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਯੋਜਨਾਬੰਦੀ ਨਾਲ ਕੀਤਾ ਕੰਮ ਤੁਸੀਂ ਘੱਟ ਸਮੇਂ ਵਿੱਚ ਜ਼ਿਆਦਾ ਲਾਭ ਦੇ ਸਕਦੇ ਦਿਮਾਗੀ ਮਿਹਨਤ ਨੂੰ ਸਖ਼ਤ ਮਿਹਨਤ ਤੋਂ ਕਦੇ ਵੱਖ ਨਹੀਂ ਕੀਤਾ ਜਾ ਸਕਦਾ ਪਰ ਦਿਮਾਗੀ ਮਿਹਨਤ ਤਾਕਤ ਤੁਹਾਡੀ ਸਖ਼ਤ ਮਿਹਨਤ ਨੂੰ ਕਈ ਗੁਣਾ ਵੱਧ ਲਾਭ ਦਵਾਉਂਦੀ ਹੈ ਇੱਕ ਕੌੜਾ ਸੱਚ ਹੈ ਅੱਜ ਦੇ ਜ਼ਮਾਨੇ ਵਿੱਚ ਕੁਝ ਲੋਕ ਕੜੀ ਮਿਹਨਤ ਕਰਨ ਤੋਂ ਬਾਅਦ ਵੀ ਸਫਲ ਨਹੀਂ ਹੋ ਪਾਉਂਦੇ ਅਤੇ ਕਈ ਥੋੜ੍ਹੀ ਜਿਹੀ ਮਿਹਨਤ ਕਰ ਸਫਲ ਹੋ ਜਾਂਦੇ ਹਨ ਬੜੇ ਜਣੇ ਆਪਾਂ ਦੇਖੇ ਹੋਣਗੇ ਜੋ ਕੜੀ ਮਿਹਨਤ ਕਰਦੇ ਨੇ ਅਤੇ ਉਹਨਾਂ ਵਿੱਚੋਂ ਕੁਝ ਹੀ ਸਫਲ ਹੋ ਪਾਉਂਦੇ ਨੇ ਕਿਉਂਕਿ ਉਹਨਾਂ ਨਾਲ ਦਿਮਾਗੀ ਤਾਕਤ ਨੂੰ ਵੀ ਵਰਤਿਆ ਅਤੇ ਉਹੀ ਸਭ ਤੋਂ ਵੱਡਾ ਫਰਕ ਹੈ ਉਹ ਸਖ਼ਤ ਮਿਹਨਤ ਨਾਲ ਦਿਮਾਗੀ ਤਾਕਤ ਨੂੰ ਵੀ ਵਰਤਦੇ ਨੇ ਫਿਰ ਉਹਨਾਂ ਨੂੰ ਸਫਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਆਪਾਂ ਕਈਆਂ ਨੂੰ ਮਿਲੇ ਹੁੰਦੇ ਹਾਂ ਉਹ ਜੋ ਸਫਲ ਹੁੰਦੇ ਹਨ ਪਤਾ ਕੁਝ ਦਿਮਾਗੀ ਮਿਹਨਤ ਵਾਲੇ ਕੰਮ ਸਾਨੂੰ ਸਿੱਖਣੇ ਪੈਂਦੇ ਹਨ ਪਰ ਜੋ ਜ਼ਿਆਦਾਤਰ ਲੋਕਾਂ ਨੇ ਇਹਨਾਂ ਨੂੰ ਨਹੀਂ ਸਿੱਖਦੇ ਇਹਨੂੰ ਸਹਿਜ ਰੂਪ ਵਿੱਚ ਕਰਦੇ ਰਹਿੰਦੇ ਨੇ ਇਹ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਅੰਗ ਬਣ ਜਾਂਦਾ ਤਾਂ ਹੀ ਉਹ ਫਿਰ ਆਪਣੀ ਜ਼ਿੰਦਗੀ ਵਿੱਚ ਸਫਲ ਹੋ ਜਾਂਦੇ ਨੇ ਆਪਾਂ ਆਖਦੇ ਹਾਂ ਨਾ ਇਹ ਤਾਂ ਰੱਬ ਤੋਂ ਚੰਗੇ ਭਾਗ ਲਿਖਾ ਕੇ ਆਏ ਨੇ ਭਾਵ ਅਸੀਂ ਕੁਝ ਸਿੱਖਣਾ ਵੀ ਨਹੀਂ ਚਾਹੁੰਦੇ ਅਤੇ ਜੇ ਕੋਈ ਦਿਮਾਗੀ ਤਾਕਤ ਨੂੰ ਵਰਤਦਾ ਤਾਂ ਉਹਨੂੰ ਫਿਰ ਆਪਾਂ ਆਲਸੀ ਕਹਿੰਦੇ ਜਾਂ ਸੁਸਤੀ ਕਹਿਣਾ ਆਰੰਭ ਕਰ ਦਿੰਦੇ ਹਾਂ ਯਾਦ ਰੱਖਿਓ ਇੱਕ ਗੱਲ ਆਪਣੇ ਸਮਾਜ ਵਿੱਚ ਦਿਮਾਗੀ ਕੰਮ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਅਤੇ ਸਰੀਰ ਨੂੰ ਘੱਟ ਕਈ ਕੰਮ ਐਵੇਂ ਦੇ ਨੇ ਜਿੱਥੇ ਦਿਮਾਗੀ ਤਾਕਤ ਵੀ ਕੰਮ ਆਉਂਦੀ ਹੈ ਜੋ ਤੁਹਾਨੂੰ ਕਾਮਯਾਬੀ ਦਾ ਰਾਹ ਪਤਾ ਹੈ ਤਾਂ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉੱਥੋਂ ਤੱਕ ਪਹੁੰਚੋਗੇ ਕਿਵੇਂ ਕਿੱਥੇ ਡਿੱਗੋਗੇ ਕਿੱਥੇ ਖੜੋਗੇ ਇਹ ਸਭ ਪਤਾ ਹੋਣਾ ਚਾਹੀਦਾ ਜੇ ਤੁਸੀਂ ਸਖ਼ਤ ਮਿਹਨਤ ਦੇ ਨਾਲ ਨਾਲ ਦਿਮਾਗੀ ਤਾਕਤ ਨੂੰ ਵੀ ਜ਼ਿੰਦਗੀ ਦਾ ਹਿੱਸਾ ਬਣਾ ਲਓਗੇ ਨਾ ਤਾਂ ਤੁਸੀਂ ਸਿਰਫ ਸਫਲ ਬਲਕਿ ਮਹਾਨ ਉੱਚਾਈਆਂ ਤੱਕ ਪਹੁੰਚ ਜਾਓਗੇ ਅਤੇ ਇਹੀ ਆਪਾਂ ਸਾਰੀ ਜ਼ਿੰਦਗੀ ਵਿੱਚ ਲੈਣਾ ਚਾਹੁੰਦੇ ਹਾਂ ਤੁਸੀਂ ਆਪਣੇ ਹਰੇਕ ਸੁਪਨੇ ਨੂੰ ਪੂਰਾ ਕਰੋ ਦੁਨੀਆ ਦੀ ਨਾ ਸੋਚੋ ਕੀ ਕਹੇਗੀ ਆਪਣੇ ਆਪ ਨੂੰ ਬੋਲਿਆ ਕਰੋ ਮੈਂ ਖੁਸ਼ ਹਾਂ ਮੇਰੇ ਕੋਲ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਮੇਰੀ ਜ਼ਿੰਦਗੀ ਵਿੱਚ ਭਾਵੇਂ ਥੋੜ੍ਹੇ ਦੁੱਖ ਹਨ ਪਰ ਮੈਂ ਉਹਨਾਂ ਨਾਲ ਲੜਨ ਦੀ ਹਿੰਮਤ ਵੀ ਰੱਖਦਾ ਹਾਂ ਮੇਰੇ ਨਾਲ ਮੇਰਾ ਵਾਹਿਗੁਰੂ ਹੈ ਜੋ ਹਮੇਸ਼ਾ ਮੇਰੀ ਮਦਦ ਕਰਦੇ ਨੇ ਮੈਨੂੰ ਮੇਰੇ ਵਾਹਿਗੁਰੂ ਨੇ ਸੋਹਣੇ ਹੱਥ ਪੈਰ ਦਿੱਤੇ ਨੇ ਮੈਂ ਖੁਸ਼ਨਸੀਬ ਹਾਂ ਕਿ ਇੰਨਾ ਕੁਝ ਮੇਰੇ ਵਾਹਿਗੁਰੂ ਨੇ ਮੈਨੂੰ ਦਿੱਤਾ ਅਤੇ ਮੈਂ ਇਹਨੂੰ ਹੋਰ ਵਧੀਆ ਬਣਾ ਸਕਦਾ ਜਦੋਂ ਇਹ ਸਭ ਬੋਲੋਗੇ ਤਾਂ ਆਪਣੇ ਦਿਮਾਗ ਨੂੰ ਦੱਸ ਰਹੇ ਹਾਂ ਕਿ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ ਅਤੇ ਦਿਮਾਗ ਵਿੱਚ ਇਹ ਜਮ੍ਹਾਂ ਹੋ ਜਾਏਗਾ ਮੈਂ ਖੁਸ਼ ਇਨਸਾਨ ਹਾਂ ਅਤੇ ਮੈਂ ਆਪਣੀ ਜ਼ਿੰਦਗੀ ਨੂੰ ਬਦਲਣ ਲੱਗਾ ਹਾਂ ਵਾਹਿਗੁਰੂ ਦਾ ਜੋ ਨਾਮ ਹੈ ਰੋਜ਼ ਲਿਆ ਕਰੋ ਵਾਹਿਗੁਰੂ ਨੂੰ ਅੰਗ ਸੰਗ ਸਮਝਿਆ ਕਰੋ ਕਈ ਕਹਿੰਦੇ ਨੇ ਕਿ ਅਸੀਂ ਬਾਹਰੋਂ ਤਾਂ ਬਹੁਤ ਖੁਸ਼ ਹਾਂ ਪਰ ਅੰਦਰੋਂ ਖੁਸ਼ ਨਹੀਂ ਹਾਂ ਕਿਉਂਕਿ ਸਾਡਾ ਮਨ ਹੀ ਖੁਸ਼ ਨਹੀਂ ਮਨ ਦੇ ਵਿੱਚ ਬੜੀ ਬੇਚੈਨੀ ਹੈ ਅਤੇ ਬੜੀ ਅਸ਼ਾਂਤੀ ਹੈ ਇੱਕ ਗੱਲ ਸੱਚ ਦੱਸੋ ਕਿ ਤੁਸੀਂ ਖੁਸ਼ ਹੋ ਤੁਹਾਡੇ ਮਨ ਵਿੱਚ ਇਹ ਸ਼ਾਂਤੀ ਅਤੇ ਸਕੂਨ ਹੈ ਜੇ ਮਨ ਹੀ ਬੇਚੈਨ ਹੈ ਤਾਂ ਬਾਹਰ ਦੀ ਕੋਈ ਵੀ ਚੀਜ਼ ਤੁਹਾਨੂੰ ਖੁਸ਼ੀ ਨਹੀਂ ਦੇ ਸਕਦੀ ਅਤੇ ਜੇ ਮਨ ਵਿੱਚ ਸ਼ਾਂਤੀ ਹੈ ਸਕੂਨ ਹੈ ਤਾਂ ਬਾਹਰ ਦੀ ਕੋਈ ਵੀ ਚੀਜ਼ ਤੁਹਾਨੂੰ ਦੁਖੀ ਨਹੀਂ ਕਰ ਸਕਦੀ ਇੱਕ ਗੱਲ ਸਮਝ ਲਓ ਬਾਹਰ ਦੀ ਚੀਜ਼ਾਂ ਤੁਹਾਨੂੰ ਬਸ ਕੁਝ ਸਮੇਂ ਲਈ ਖੁਸ਼ੀ ਦੇ ਸਕਦੀਆਂ ਨੇ ਜਦੋਂ ਤੱਕ ਮਨ ਖੁਸ਼ ਨਹੀਂ ਤੁਹਾਨੂੰ ਕੁਝ ਵੀ ਵਧੀਆ ਨਹੀਂ ਲੱਗੇਗਾ ਸਾਨੂੰ ਲੱਗਦਾ ਵਧੀਆ ਘਰ ਵਧੀਆ ਪੈਸਾ ਵਧੀਆ ਨੌਕਰੀ ਮਿਲ ਜਾਵੇ ਵਧੀਆ ਜੀਵਨ ਸਾਥੀ ਮਿਲ ਜਾਵੇ ਫਿਰ ਖੁਸ਼ ਦੱਸੋ ਜਿਨ੍ਹਾਂ ਕੋਲ ਸਭ ਕੁਝ ਹੈ ਉਹ ਖੁਸ਼ ਨੇ ਇੱਕ ਸਿੱਧੀ ਜਿਹੀ ਗੱਲ ਹੈ ਤੁਹਾਡਾ ਮਨ ਉਦੋਂ ਹੀ ਸ਼ਾਂਤ ਅਤੇ ਖੁਸ਼ ਹੋਵੇਗਾ ਜਦੋਂ ਤੁਸੀਂ ਉਹ ਕਰਦੇ ਹੋ ਜਿਸ ਨਾਲ ਕਰਨ 'ਤੇ ਤੁਹਾਨੂੰ ਖੁਸ਼ੀ ਮਿਲਦੀ ਹੈ ਉਹ ਕੰਮ ਕਰਨਾ ਕਦੇ ਨਾ ਛੱਡੋ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਸਾਡੀ ਜ਼ਿੰਦਗੀ ਵਿੱਚ ਜਦੋਂ ਜ਼ਿੰਮੇਵਾਰੀਆਂ ਆਉਂਦੀਆਂ ਨੇ ਅਸੀਂ ਉਹ ਕੰਮ ਕਰਨਾ ਹੀ ਛੱਡ ਦਿੰਦੇ ਹਾਂ ਜਿਸ ਨਾਲ ਸਾਨੂੰ ਜਿਸ ਤੋਂ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਫਿਰ ਉਸ ਕਾਰਨ ਸਭ ਕੁਝ ਕਰਦੇ ਹੋਏ ਵੀ ਅਸੀਂ ਖੁਸ਼ ਨਹੀਂ ਰਹਿ ਪਾਉਂਦੇ ਕਿਉਂਕਿ ਜੋ ਅਸੀਂ ਕਰਨਾ ਚਾਹੁੰਦੇ ਸੀ ਉਹ ਤਾਂ ਅਸੀਂ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਆ ਕੇ ਕਰਨਾ ਹੀ ਛੱਡਤਾ ਭਾਵੇਂ ਜੋ ਮਰਜ਼ੀ ਚੱਲਦਾ ਹੋਵੇ ਜ਼ਿੰਦਗੀ ਵਿੱਚ ਜੋ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ ਉਹ ਕਰਨਾ ਕਦੇ ਵੀ ਨਾ ਛੱਡੋ ਲੋਕਾਂ ਬਾਰੇ ਸੋਚਣਾ ਛੱਡ ਦਿਓ ਮਿਹਨਤ ਕਰ ਵਾਹਿਗੁਰੂ ਦਾ ਨਾਮ ਲੈ ਅੱਗੇ ਵਧੋ
ਜੇ ਸੁਪਨੇ ਵੇਖਦੇ ਹੋ ਤਾਂ ਉਹਨੂੰ ਪੂਰੇ ਵੀ ਕਰੋ। ਬਸ ਕਿੱਥੇ ਕਿਵੇਂ ਕਰਨਾ ਹੈ ਇਹ ਯੋਜਨਾਬੰਦੀ ਬਣਾ ਕੇ ਵਾਹਿਗੁਰੂ ਦਾ ਨਾਮ ਲੈ ਕੇ ਉਹ ਕੰਮ ਕਰਨਾ ਆਰੰਭ ਕਰ ਦਿਓ।